ਆਪਣੀ ਨੇ ਸਾਨੂੰ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲੈ ਕੇ ਜਾਣਾ ਤੇ ਜਿਹੜਾ ਸਾਨੂੰ ਹਨੇਰੇ ਚੋਂ ਕੱਢ ਕੇ ਅਗਿਆਨਤਾ ਦੇ ਹਨੇਰੇ ਚੋਂ ਕੱਢ ਕੇ ਗਿਆਨ ਦੇ ਚਾਨਣ ਵਿੱਚ ਲੈ ਕੇ ਜਾਵੇ ਉਹ ਗੁਰੂ ਹੀ ਹੁੰਦਾ ਹੈ। ਆਖੋ ਸਤਨਾਮ, ਕਿਉਂਕਿ ਗੁਰੂ ਦਾ ਅਰਥ ਹੀ ਇਹ ਗੂ ਹੁੰਦਾ ਹਨੇਰਾ ਤੇ ਰੂਹ ਹੁੰਦਾ ਹੈ ਚਾਨਣਾ। ਜਿਹੜਾ ਹਨੇਰੇ ਚੋਂ ਕੱਢ ਚਾਨਣ ਵਿੱਚ ਲੈ ਜੇ, ਅਗਿਆਨਤਾ ਚੋਂ ਕੱਢ ਕੇ ਗਿਆਨ ਵਿੱਚ ਲੈ ਜੇ ਉਹ ਗੁਰੂ ਹੀ ਹੈ। ਇੱਥੇ ਕੋਈ ਦੁਨਿਆਵੀ ਕੰਮ ਕਿਸੇ ਨੂੰ ਸਿਖਾਵੇ ਉਹ ਵੀ ਉਹਨੂੰ ਗੁਰੂ ਮੰਨਦਾ ਹੈ। ਕੋਈ ਕਿਸੇ ਨੂੰ ਲੱਕੜੀ ਦਾ ਕੰਮ ਸਿਖਾ ਰਿਹਾ ਹੈ, ਕੋਈ ਕਿਸੇ ਨੂੰ ਮਕੈਨਿਕੀ ਦਾ ਕੰਮ ਸਿਖਾਉਂਦਾ ਹੈ, ਕੋਈ 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 ਕੁਛ ਅਧਿਆਪਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਲੋਕ ਉਹਨਾਂ ਨੂੰ ਗੁਰੂ ਮੰਨਦੇ ਨੇ ਆਪਣਾ। ਜਦੋਂ ਮਿਲਦੇ ਨੇ ਸਤਿਕਾਰ ਦਿੰਦੇ ਨੇ, ਗੋਡੇ ਪੈਰੀ ਹੱਥ ਲਾਉਂਦੇ ਨੇ। ਜਿਹਨੇ ਗਿਆਨ ਦਿੱਤਾ ਹੋਵੇ, ਜੇਨ ਹਨੇਰੇ ਚੋਂ ਅਗਿਆਨਤਾ ਚੋਂ ਅਨਪੜ੍ਹਤਾ ਚੋਂ ਕੱਢ ਕੇ ਗਿਆਨ ਵੱਲ ਲੈ ਕੇ ਜਾਵੇ ਉਹ ਗੁਰੂ ਹੀ ਹੈ। ਤੇ ਮਸਲਾ ਬਣਿਆ ਹੈ ਨਾ ਆਪਣੇ ਰਵਿਦਾਸ ਜੀ ਮਹਾਰਾਜ ਦਾ, ਬੜਾ ਭੜਕਦਾ ਕੰਮ, ਬਹੁਤ ਭੜਕਦਾ, ਭੜਕਾਇਆ ਜਾਂਦਾ। ਮੈਂ ਇਹ ਬੇਨਤੀ ਆਪ ਜੀ ਦੇ ਚਰਨਾਂ ਚ ਬੜੀ ਵਾਰੀ ਕੀਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਤਨੀਆਂ ਵੀ ਸ਼ਖਸੀਅਤਾਂ ਬੈਠੀਆਂ ਨੇ ਉਹ ਸਾਡੇ ਲਈ ਗੁਰੂ ਨੇ ਸਾਡੇ, ਕਿਉਂਕਿ ਸਾਨੂੰ ਗਿਆਨ ਦਿੰਦੇ ਹੈ। ਜੇ ਗੁਰਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਨੂੰ ਭਗਤ ਲਿਖਿਆ ਨਾ, ਉਹਨਾਂ ਨੇ ਪਰਮਾਤਮਾ ਪਰਮ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕੀਤੀ ਹੈ, ਉਹਨਾਂ ਨੂੰ ਤਾਂ ਭਗਤ ਕਿਹਾ ਜਾਂਦਾ ਹੈ। ਗੁੱਸਾ ਤਾਂ ਕਿਸੇ ਗੱਲ ਦਾ ਨਹੀਂ ਹੋਣਾ ਚਾਹੀਦਾ ਜੀ। ਭਗਤੀ ਕਰਨ ਵਾਲੇ ਅਕਾਲ ਪੁਰਖ ਦੀ ਉਹ ਭਗਤ ਨੇ ਤੇ ਜਿਹੜੇ ਸਾਨੂੰ ਗਿਆਨ ਦੇਣ ਵਾਲੇ ਨੇ ਉਹ ਸਾਡੇ ਗੁਰੂ ਨੇ, ਬਸ ਗੱਲ ਤਾਂ ਇੰਨੀ ਹੈ। ਇਹਨੂੰ ਪ੍ਰੋਪੋਗੰਡਾ ਬਣਾ ਲਈਏ, ਇਹਨੂੰ ਆਪਣੀਆਂ ਰੋਟੀਆਂ ਸੇਕਣ ਦਾ ਕੰਮ ਕਰ ਲਈਏ, ਡਾਂਗ ਸੋਟੇ ਚਲਾਉਣ ਦਾ ਕੰਮ ਕਰ ਲਈਏ, ਸਾਡੀ ਬੁੱਧੀ ਤੇ ਹੈ। ਮੀਂਹ ਤਾਂ ਪੈਂਦਾ ਹੀ ਹੈ, ਜਦੋਂ ਬਾਰਿਸ਼ ਪੈਂਦੀ ਹੈ, ਵਰਖਾ ਹੁੰਦੀ ਹੈ, ਉਹ ਤੇ ਸਾਰਿਆਂ ਤੇ ਹੁੰਦੀ ਹੈ ਨਾ, ਉਹ ਢੇਰਾਂ ਤੇ ਵੀ ਹੁੰਦੀ ਹੈ, ਉਹ ਬਗੀਚਿਆਂ ਤੇ ਵੀ ਹੁੰਦੀ ਹੈ, ਉਹ ਪੱਧਰੇ ਵੀ ਹੁੰਦੀ ਹੈ, ਪਹਾੜਾਂ ਚ ਵੀ ਹੁੰਦੀ ਹੈ, ਉਹ ਗੰਦੀ ਮੰਦੀ ਜਗ੍ਹਾ ਤੇ ਵੀ ਹੁੰਦੀ ਹੈ, ਸਾਫ਼ ਸੁਥਰੀ ਤੇ ਵੀ ਹੁੰਦੀ ਹੈ। ਕਦੇ ਵਰਖਾ ਨੇ ਫਰਕ ਕੀਤਾ ਵੀ ਇੱਥੇ ਕੋਠੀ ਜਾਂ ਬਗੀਚਾ ਮੈਂ ਇੱਥੇ ਹੀ ਪੈਣਾ ਹੈ, ਮੈਂ ਗੰਦਗੀ ਦੇ ਢੇਰ ਤੇ ਨਹੀਂ ਪੈਣਾ। ਤੁਸੀਂ ਸੜਕਾਂ ਤੇ ਸਫ਼ਰ ਕਰਦੇ ਹੋ, ਪੁਲ ਨੇ ਕਦੇ ਵਿਤਕਰਾ ਕੀਤਾ ਹੈ ਵੀ ਮੇਰੇ ਉੱਤੋਂ ਇਕੱਲਾ ਮੰਤਰੀ ਲੰਘਣਾ ਚਾਹੀਦਾ, ਭੀਖ ਮੰਗਣ ਵਾਲਾ ਨਹੀਂ ਲੰਘਣਾ ਚਾਹੀਦਾ, ਉਹਨੂੰ ਤਾਂ ਇੱਕ ਪਾਸੇ ਤੋਂ ਦੂਜੇ ਪਾਸੇ ਲਿਜਾਣਾ ਹੈ, ਜਿਹੜਾ ਮਰਜ਼ੀ ਲੰਘ ਜੇ। ਗੁਰਬਾਣੀ ਨੇ ਸਭ ਨੂੰ ਹੀ ਗਿਆਨ ਦੇਣਾ ਹੈ ਤੇ ਸਾਡਾ ਮਨ ਸਾਡੇ ਹੱਥ 'ਚ ਹੈ ਵੀ ਅਸੀਂ ਇਹਨੂੰ ਗੰਦਗੀ ਦਾ ਢੇਰ ਬਣਾਉਣਾ, ਨਫ਼ਰਤ ਦੀ ਕਿ ਪ੍ਰੇਮ ਦਾ ਬਗੀਚਾ ਬਣਾ ਕੇ ਰੱਖਣਾ ਹੈ। ਆਖੋ ਸਤਨਾਮ। ਗੁਰੂ ਕਿਸੇ ਨਾਲ ਫਰਕ ਨਹੀਂ ਕਰਦਾ ਹੁੰਦਾ ਜੀ, ਪਰਮਾਤਮਾ ਕਿਸੇ ਨਾਲ ਊਚ ਨੀਚ ਨਹੀਂ ਕਰਦਾ, ਉਹਦੇ ਘਰ ਵਿੱਚ ਸਾਰਿਆਂ ਨੂੰ ਬਰਾਬਰ ਦੀ ਜਗ੍ਹਾ ਹੈ।